ब्रेक तो बाद एक बार फिर तो तुहाडे सब दा स्वागत है इस शो दे विच जिसका नाम है वाह क्या स्वाद है जी। बिल्कुल रेखा जी ने ब्रेक तो जान तो पहला सानू बहुत लाजवाब जेडी डिश है वो बना के खिलाई सी। आओ हुण अगली डिश पुछते हैं की बना के खिला रहे ने जी। रेखा जी तुसी पहला ते बड़ी स्वादिष्ट जेडी कोफ्ता कड़ी सानू बना के खिलाई है, हुण अगली डिश है जेडी ओ साडी की है? असी बनावांगे तिरंगे राइस। तिरंगा राइस, वाओ, नाम सुनने दे विच बड़ा कलरफुल लग रहा है। मैनूं लगदा है राइस भी बड़े कलरफुल बनणगे, यानी कि चावल। तो फिर शुरू करदे हां जी, की सानू ओहदे वास्ते चाहिदा? सब तो पहले असी पानी चढ़ा देंदे जी। पहले जी एक कटोरी साडे चावल हैगे, ओहदे ते चार कटोरी पानी। ਚੰਗੀ ਤਰ੍ਹਾਂ ਨਾਲ ਪੱਕ ਜਾਣਗੇ, ਫਿਰ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਛਾਣੀ ਦੇ ਵਿੱਚ ਛਾਣ ਲਾਂਗੇ। ਚਾਵਲ ਹੋ ਗਏ ਸਾਡੇ, ਹੁਣ ਅਸੀਂ ਇਹਨੂੰ ਛਾਣ ਲਾਂਗੇ ਜੀ। ਇਹਦਾ ਪਾਣੀ ਹੈ ਜਿਹੜਾ ਅਸੀਂ ਐਡ ਕਰ ਦਵਾਂਗੇ। ਇਹ ਰਾਈਸ ਹੈ ਜਿਹੜੇ ਬਾਸਮਤੀ ਲਿਤੇ ਨੇ ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਅਸੀਂ ਚੌਲ ਇਸਤੇਮਾਲ ਕਰ ਸਕਦੇ ਹਾਂ? ਇਹ ਬਾਸਮਤੀ ਰਾਈਸ ਸੀ। ਅਸੀਂ ਹੁਣ ਇਹ ਰਾਈਸ ਦੇ ਤਿੰਨ ਹਿੱਸੇ ਕਰ ਲਾਂਗੇ ਜੀ। ਜੀ ਹੁਣ ਅਸੀਂ ਇਹਦੇ ਤੇ ਸਭ ਤੋਂ ਪਹਿਲੇ ਬਣਾਵਾਂਗੇ ਔਰੇਂਜ ਵਾਲੇ ਰਾਈਸ ਜੀ। ਔਰੇਂਜ ਰਾਈਸ ਹੈ ਜਿਹੜੇ ਉਹ ਬਣਾਵਾਂਗੇ, ਸੰਤਰੀ ਰੰਗ ਦੇ ਜਿਹੜੇ ਚਾਵਲ ਹੈ ਪਹਿਲੇ ਉਹ ਬਣਾਵਾਂਗੇ। ਉਹਦੇ ਲਈ ਅਸੀਂ ਪਹਿਲੇ ਤੇਲ ਪਾਇਆ ਪੈਨ ਦੇ ਵਿੱਚ। ਹਾਂਜੀ ਹਾਂਜੀ, ਇਹਦੇ ਤੇ ਆਪਾਂ ਥੋੜਾ ਜਿਹਾ ਔਰੇਂਜ ਕਲਰ ਪਾਵਾਂਗੇ ਜੀ। ਹੁਣ ਅਸੀਂ ਇਹਦੇ ਤੇ ਔਰੇਂਜ ਕਲਰ ਹੈ ਇਸ ਲਈ ਅਸੀਂ ਗਾਜਰ ਪਾਵਾਂਗੇ ਇਹਦੇ ਤੇ। ਨਮਕ ਥੋੜ੍ਹਾ ਜਿਹਾ ਟੇਸਟ ਦੇ ਹਿਸਾਬ ਨਾਲ, ਥੋੜ੍ਹਾ ਜਿਹਾ ਨਮਕ। ਹੁਣ ਅਸੀਂ ਔਰੇਂਜ ਵਾਲੇ ਰਾਈਸ ਪਾ ਦਾਂਗੇ ਇਹਦੇ ਤੇ। ਔਰੇਂਜ ਜਿਹੜੇ ਰਾਈਸ ਆ ਸਾਡੇ ਬਣ ਗਏ ਨੇ। ਇਹਨੂੰ ਹਲਕਾ ਜਿਹਾ ਜਿਹੜਾ ਲਸਣ ਦਾ ਜਿਹੜਾ ਤੜਕਾ ਲਗਾਇਆ ਹੈ, ਕਲੀਅਰ ਸਾਡੀ ਇਹ ਤਿਆਰ ਹੋ ਗਈ ਜੀ। ਹੁਣ ਅਸੀਂ ਇਹਦੇ ਉੱਤੇ ਵਾਈਟ ਰਾਈਸ ਜਿਹੜੇ ਸਾਡੇ ਪਲੇਨ ਪਏ ਹੋਏ ਆ ਅਸੀਂ ਉਹ ਪਾਵਾਂਗੇ।
ਸਾਡੇ ਤੀਸਰੇ ਰਾਈਸ ਤਿਆਰ ਹੋ ਗਏ ਇਹਨੂੰ ਅੱਛੀ ਤਰ੍ਹਾਂ ਅਸੀਂ ਪ੍ਰੈਸ ਕਰਨਾ ਹੈ ਰਾਈਸ ਜੀ ਤਾਂ ਕਿ ਤੀਜੀ ਲੇਅਰ ਹੈ ਜਿਹੜੀ ਬੜੇ ਆਰਾਮ ਨਾਲ ਆ ਜਾਵੇ ਹਾਂਜੀ ਹਾਂਜੀ ਜੀ ਹੁਣ ਅਸੀਂ ਇਹਦੇ ਉੱਤੇ ਬੜੇ ਖੂਬਸੂਰਤ ਤਰੀਕੇ ਨਾਲ ਤਿਰੰਗਾ ਰਾਈਸ ਹੈ ਜਿਹੜਾ ਇਹਨਾਂ ਨੇ ਬਣਾਏ ਨੇ, ਤਿੰਨ ਕਲਰ ਅਲੱਗ ਅਲੱਗ ਰਾਈਸ ਤੇ ਬਣੇ ਨੇ। ਪਹਿਲੀ ਜਿਹੜਾ ਇਹਨਾਂ ਨੇ ਡਿਸ਼ ਬਣਾਈ ਸੀ ਕੋਫਤਾ, ਜਿਹੜਾ ਵੈਜੀਟੇਬਲ ਕੋਫਤਾ ਕੜੀ, ਉਹਦੇ ਨਾਲ ਜਿਹੜਾ ਇਹ ਕਾਫੀ ਲਾਜਵਾਬ ਹੈ ਜਿਹੜਾ ਕੰਬੀਨੇਸ਼ਨ ਬਣਿਆ। ਇਹਨੂੰ ਅਸੀਂ ਹੌਲੀ ਹੌਲੀ ਆਰਾਮ ਨਾਲ ਕੱਟਾਂਗੇ ਜੀ। ਜੀ ਹੁਣ ਆਪਾਂ ਥੋੜ੍ਹਾ ਜਿਹਾ ਚਲੋ ਛੋਟੀ ਜਿਹੀ ਬ੍ਰੇਕ ਦਾ ਅਯੂ ਪ੍ਰੈਜ਼ੈਂਟਸ ਵਾਹ ਕਿਆ ਸਵਾਦ ਇਸ ਸ਼ੋਅ ਦੇ ਵਿੱਚ ਅਸੀਂ ਜਲਦ ਵਾਪਸ ਆਵਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।